ਹਾਂਜੀ ਸਰ, ਦਸਵਾਲੀ ਦੀ ਦਾਣ ਮੰਡੀ ਆ, ਉਹਦੇ 'ਚ ਬੰਦੋਬਸਤ ਕਿਸ ਤਰ੍ਹਾਂ ਜਾ ਰਿਹਾ? ਜੀ ਜੀ, ਕਿਸਾਨਾਂ ਦੇ ਆਉਣ ਵਾਸਤੇ ਉਹਨਾਂ ਦੀ ਫਸਲ ਲੈ ਕੇ ਉਹਨੂੰ ਮੰਡੀ ਦੀ ਸਫਾਈ ਹੋ ਗਈ, ਲਾਈਟਾਂ ਦੇ ਪ੍ਰਬੰਧ ਨੇ, ਪਾਣੀ ਦਾ ਪ੍ਰਬੰਧ ਹੈ, ਬਾਥਰੂਮ ਦਾ ਪ੍ਰਬੰਧ ਉਹਨਾਂ ਵਾਸਤੇ, ਕਿਸਾਨਾਂ ਵਾਸਤੇ ਸਾਡੇ ਕੋਲ ਤਿਆਰ ਹੈ। ਤੇ ਸਰ ਫਸਲਾਂ ਵੀ ਸ਼ੁਰੂ ਹੋ ਗਈ? ਹਾਂ ਜੀ, ਕੱਲ੍ਹ ਆਈ ਥੋੜ੍ਹੀ ਜਿਹੀ, ਅਜੇ ਬੋਲੀ ਨਹੀਂ ਹੋਈ। ਠੀਕ ਹੈ। ਤੇ ਹੋਰ ਕੋਈ ਕਿਸ ਤਰ੍ਹਾਂ ਕੋਈ ਦਿੱਕਤਾਂ ਨਹੀਂ ਆ ਰਹੀਆਂ ਸਰਕਾਰ ਵੱਲੋਂ? ਅਜੇ ਕੋਈ ਗੱਲ ਨਹੀਂ, ਅਜੇ ਸਿਰਫ ਖਰੀਦ ਏਜੰਸੀਆਂ, ਚਲੋ ਉਹਨਾਂ ਦੀ ਵੀ ਲੱਗ ਗਈਆਂ, ਚਾਰੇ ਪੰਜਾਬ ਸਟੇਟ ਗੌਰਮੈਂਟ ਦੀਆਂ ਏਜੰਸੀਆਂ ਇੱਥੇ, ਵੇਅਰ ਹਾਊਸ, ਪੰਸਪ, ਮਾਰਕਫੈਡ ਅਤੇ ਪਨਗ੍ਰੇਨ, ਚਾਰ ਏਜੰਸੀ। ਸਰ ਜਿੱਦਾਂ ਕੱਲ੍ਹ ਬਾਰਿਸ਼ ਹੋਈ ਆ, ਬਾਰਿਸ਼ ਹੋਣ ਨਾਲ ਕੋਈ ਫਸਲਾਂ ਦਾ ਕੋਈ ਨੁਕਸਾਨ? ਫਸਲਾਂ ਦਾ ਬਾਹਰ ਖੇਤਾਂ 'ਚ ਤਾਂ ਨੁਕਸਾਨ ਹੈਗਾ ਹੀ, ਅੱਗੇ ਵੀ ਬਰਸਾਤ ਨਾ, ਹੁਣ ਵੀ ਮੌਕੇ 'ਤੇ ਪੱਕੀ ਹੈ। ਦੇਖੋ ਹੁਣ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ, ਮੇਰੇ ਹਿਸਾਬ ਨਾਲ ਘਟੇਗੀ, ਯਾਰ ਤਾਂ ਮੌਸਮ ਦੇ ਹਿਸਾਬ ਨਾਲ, ਪਹਿਲਾਂ ਵੀ ਮੌਸਮ ਨੇ ਕੀਤਾ ਖਰਾਬ ਤਾਂ ਹੋਣ। ਕਿਸਾਨਾਂ ਨੂੰ ਅਪੀਲ ਇਹ ਹੀ, ਆਪਣਾ ਪਕਾ ਕੇ ਸਕਾਈ ਸੁਕਾ ਕੇ ਮਾਲ ਲਿਆਉਣ, ਜਿਹੜਾ ਆਉਂਦਾ ਹੀ ਤੁਲ ਜੇ ਉਹਨਾਂ ਦਾ। ਗਾਈਡਲਾਈਨ ਇਹ ਮਤਲਬ ਸਾਨੂੰ ਕਿਸਾਨਾਂ ਨੂੰ ਇਹ ਕਿ ਆਪਣੀ ਸੁਕਾ ਕੇ ਲਿਆਉਣ, ਮੋਚਰ ਬੁਰਾ 12 ਮੋਚਰ ਚਾਹੀਦਾ, ਤੇ ਖਰੀਦ ਏਜੰਸੀਆਂ ਨੂੰ ਚਲੋ ਆਪਣੇ ਕੀਤੇ ਹੀ ਨੇ।